ਹੋਲੀ ਦਾ ਤਿਉਹਾਰ ਜਿੱਥੇ ਲੋਕਾਂ ਨੇ ਇੱਕ ਦੂਜੇ ਤੇ ਰੰਗ ਲਗਾ ਕੇ ਮਨਾਇਆ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਹੋਲੀ ਦੇ ਮੌਕੇ ਤੇ ਅਲੌਕਿਕ ਨਜ਼ਾਰਾ ਦੇਖਣਾ ਹੀ ਬਣਦਾ ਸੀ, ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਤੇ ਸਿੱਖ ਸੰਗਤਾਂ ਨੇ ਪਾਲਕੀ ਦੇ ਉੱਪਰ ਇਤਰ ਫੁਲੇਲਾਂ ਦਾ ਛਿੜਕਾ ਕੀਤਾ। ਇੱਥੇ ਪਹੁੰਚੇ ਹੋਏ ਸ਼ਰਧਾਲੂ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰ ਰਹੇ ਸਨ। ਆਪਾਂ ਨੂੰ ਹੋਲੇ ਮਹੱਲੇ 'ਚ ਆਏ ਹਾਂ, ਆਪਾਂ ਨੂੰ ਇੱਥੇ ਆਏ ਹਾਂ, ਆਪਾਂ ਨੂੰ ਬਹੁਤ ਹੀ ਵਧੀਆ ਲੱਗਾ ਇੱਥੇ ਆ ਕੇ ਅਤੇ ਮਨ ਪ੍ਰਸੰਨ ਹੋਇਆ। ਹਰ ਸਾਲ ਆਉਂਦੇ ਹਾਂ ਅਤੇ ਬਹੁਤ ਵਧੀਆ ਹੋਲਾ ਮਹੱਲਾ, ਫੁੱਲਾਂ ਦੀ ਵਰਖਾ ਦੇ ਨਾਲ ਬਹੁਤ ਸੋਹਣਾ ਹੋਲਾ ਮਹੱਲਾ ਮਨਾਇਆ ਜਾਂਦਾ। ਹਾਂਜੀ, ਇਹ ਤਾਂ ਦਿਲ ਖੁਸ਼ ਕਰਨ ਵਾਲਾ ਹੈ, ਕਿਹੋ ਜਿਹਾ ਨਜ਼ਾਰਾ ਹੋਰ ਕਿਤੇ ਨਹੀਂ ਹੈ। ਸ੍ਰੀ ਦਰਬਾਰ ਸਾਹਿਬ 'ਚ ਮਨਮੋਹਕ ਨਜ਼ਾਰਾ ਹਰ ਇੱਕ ਨੂੰ ਆਪਣੇ ਵੱਲ ਖਿੱਚ ਰਿਹਾ ਸੀ। ਅੰਮ੍ਰਿਤਸਰ ਤੋਂ ਸ਼ਮਸ਼ੇਰ ਸਿੰਘ ਦੀ ਰਿਪੋਰਟ।